ਵੈਲਕਮ ਜੀ ਸਰਦਾਰ ਡੋਗਰ ਡੋਗਰ ਮੋਟਰ ਨਨਕਾਣਾ ਸਾਹਿਬ ਤੋਂ ਤੁਹਾਡਾ ਭਰਾ ਤੁਹਾਡਾ ਖਾਦਮ ਭਾਈ ਰਿਆਜ਼ ਫੂਲਨਗਰ ਤੋਂ ਰਿਆਜ਼ ਖਾਨ ਸਾਹਿਬ ਮੇਰੇ ਕੋਲ ਆਏ ਸਨ ਮੇਰੇ ਫਾਲੋਅਰ ਨੇ ਬੜਾ ਪਿਆਰ ਕਰਦੇ ਰਹੇ ਮਹੀਨਾ ਹੋ ਗਿਆ ਸਾਨੂੰ ਫੋਨ ਕਰ ਰਹੇ ਨੇ ਲੇਕਿਨ ਮੇਰੇ ਨਾਲ ਗੱਲ ਨਹੀਂ ਇਹਨਾਂ ਦੀ ਹੋ ਸਕੀ ਇਸ ਚੀਜ਼ ਦਾ ਬੜਾ ਗੁੱਸਾ ਕਰ ਰਹੇ ਸਨ ਤੁਹਾਨੂੰ ਪਤਾ ਪਠਾਨ ਹੁੰਦੇ ਵੀ ਥੋੜ੍ਹੇ ਖਰ ਦਿਮਾਗ ਨੇ ਮਿੰਟੂ ਪਹਿਲੇ ਸ਼ਾਰਟ ਹੋ ਜਾਂਦੇ ਨੇ ਇਹ ਬੜਾ ਗੁੱਸੇ ਵਾਲਾ ਬੰਦਾ ਹੈ ਪਰ ਬੜਾ ਗੁੱਸਾ ਹੋ ਰਿਹਾ ਸੀ ਡੋਗਰ ਤੂੰ ਮੇਰਾ ਫੋਨ ਨਹੀਂ ਚੁੱਕਦਾ ਗੱਲ ਇਹ ਕਿ ਮੇਰੀ ਮਜਬੂਰੀ ਹੈ ਮੈਨੂੰ ਫੋਨ ਬਹੁਤ ਜ਼ਿਆਦਾ ਉਹਨਾਂ ਨੇ ਮੈਂ ਡਿਪਰੈਸ਼ਨ ਦਾ ਮਰੀਜ਼ ਹੋ ਗਿਆ ਇਸ ਵਜ੍ਹਾ ਤੋਂ ਮੈਂ ਆਪਣਾ ਸੈਕਟਰੀ ਰੱਖ ਲਿਆ ਫੋਨ ਉਹ ਚੁੱਕਦਾ ਲੇਕਿਨ ਕਿਸੇ ਵੇਲੇ ਉਹ ਵੀ ਮਿਸਟੇਕ ਹੋ ਜਾਂਦੀ ਨਹੀਂ ਚੁੱਕ ਸਕਦਾ ਇਸ ਲਈ ਹੋ ਗਿਆ ਨਹੀਂ ਫਿਰ ਖਾਨ ਸਾਹਿਬ ਮੈਂ ਤੁਹਾਡੇ ਬੱਚਿਆਂ ਦਾ ਵੀ ਤਾਬੇਦਾਰ ਹਾਂ ਅਤੇ ਮੈਂ ਇਹਨਾਂ ਦਾ ਵੀ ਤਾਬੇਦਾਰ ਹਾਂ ਜਿਹੜੇ ਨਾਲ ਆਏ ਨੇ ਠੀਕ ਹੈ ਨਾ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਡੋਗਰ ਮੋਟਰ ਡੋਗਰ ਤੁਹਾਡਾ ਫੋਨ ਨਾ ਚੁੱਕੇ ਔਰ ਜਦੋਂ ਵੀ ਆਉਣਾ ਡੋਗਰ ਦੇ ਕੋਲ ਆਓ ਆ ਕੇ ਗੱਡੀਆਂ ਲਵੋ ਬਵੋ ਖਲੋਵੋ ਤੁਹਾਡਾ ਆਪਣਾ ਘਰ ਹੈ ਬਾਹਰ ਹੈ ਕੋਈ ਟੈਨਸ਼ਨ ਨਹੀਂ ਆਈ ਹੁਣ ਗੱਡੀ ਦੇ ਦਿੱਤੀ ਇਹਨਾਂ ਨੂੰ ਮਾਸ਼ਾਅੱਲਾ ਆਟੋ ਗੇਅਰ ਦੀ GLI 2012 ਮਾਡਲ ਨਵੀਂ ਗੌਰ ਗੱਡੀ ਉਹ ਗੱਡੀ ਦਿੱਤੀ ਹੈ ਜਿਹਦੀ ਮੇਰੇ ਪੂਰੇ ਤਵਾਰ ਬਾਜ਼ਾਰ 'ਚ ਧੁੰਮਾਂ ਪੈ ਗਈਆਂ ਸਨ ਕੱਲ੍ਹ ਔਰ ਉਹ ਗੱਡੀ ਦਾ ਨਾਂ ਲਿਖ ਦਿੱਤਾ ਮੈਂ ਆਪਣੇ ਭਰਾ ਦਾ ਉੱਤੇ ਰਿਆਜ਼ ਖਾਨ ਔਰ ਰਿਆਜ਼ ਖਾਨ ਤੁਹਾਨੂੰ ਦੱਸੇਗਾ ਪਛਤੋ 'ਚ ਕਿ ਡੋਗਰ ਮੋਟਰ 'ਤੇ ਆ ਕੇ ਕੈਸਾ ਲੱਗਿਆ ਅਸਲਾਮ ਵਾਲੇਕੁਮ ਜੀ ਸਭ ਤੋਂ ਪਹਿਲਾਂ ਤਾਂ ਸਰਦਾਰ ਸਾਹਿਬ ਦੀ ਕਾਫੀ ਮਿਹਰਬਾਨੀ ਹੈ ਕਾਫੀ ਉਹਨਾਂ ਨੇ ਹਮਾਰਾ ਖਿਆਲ ਕੀਆ ਔਰ ਖਿਆਲ ਕਾ ਮਕਸਦ ਇਹ ਹੈ ਕਿ ਉਹਨਾਂ ਨੇ ਰਾਤ ਕੋ ਬੋਲਿਆ ਕਿ ਰਿਆਜ਼ ਭਾਈ ਇਨਸ਼ਾਅੱਲਾ ਇਹ ਗਾਡੀ ਆਪਕੋ ਸੁਬਹ ਮੈਂ ਦੇ ਦੇਤਾ ਇਨਸ਼ਾਅੱਲਾ ਨਭਾਇਆ ਆਪ ਮੁਝੇ ਟਾਈਮ ਦੇ ਦੇਣਾ ਹੈ ਆਜ ਜਿਨ੍ਹਾਂ ਨੇ ਖੁਦ ਕਾਲ ਕੀਆ ਤਾਂ ਕਿ ਰਿਆਜ਼ ਭਾਈ ਗਾਡੀ ਮੈਨੇ ਆਪਕੇ ਲਈ ਰੱਖਾ ਹੈ ਮੈਨੇ ਉਤਾਰ ਦੀ ਬਹੁਤ ਮਿਹਰਬਾਨੀ ਹੈ ਉਸਕੇ ਬਾਅਦ ਮੇਰੇ ਭਾਈ ਯਹਾਂ ਕੋਈ ਵੀ ਡੀਲ ਹੋ ਰਹਾ ਹੈ ਸਾਫ ਸੁਥਰਾ ਡੀਲ ਹੋ ਰਹਾ ਹੈ ਯਹਾਂ ਪਰ ਕੋਈ ਦੋ ਨੰਬਰੀ ਬਾਤ ਨਹੀਂ ਹੋ ਰਹਾ ਹੈ 11,000 ਰੁਪਏ ਕਮਿਸ਼ਨ ਹਮਨੇ ਦੇਣਾ ਹੋਤਾ 11,000 ਜਿਸਨੇ ਦੇਸ਼ਨੇ ਉਹਨੇ ਨੇ ਦੇਣਾ ਹੋਤਾ ਹੈ ਸਾਫ ਸੁਥਰੀ ਬਾਤ ਹੈ ਯਹਾਂ ਪਰ ਕੋਈ ਮਿਸਾਇਲ ਗਾਡੀ ਕਾ ਕਾਗਜ਼ ਕਾ ਟੋਕਨ ਕਾ ਸਭ ਕਾ ਜ਼ਿੰਮੇਵਾਰੀ ਸਰਦਾਰ ਸਾਹਿਬ ਹੈ ਉਸਕੇ ਬਾਅਦ ਮੇਰੇ ਭਾਈ ਸੇ ਹਮ ਕਾਫੀ ਖੁਸ਼ ਹੈ ਯਹਾਂ ਪਰ ਕੋਈ ਐਸੀ ਬਾਤ ਨਹੀਂ ਹੈ ਅਭੀ ਪਸ਼ਤੋ ਮੇਂ ਸਪੈਲਿੰਗ ਇਹ ਹੈ ਸਰਦਾਰ ਸਾਹਿਬ ਸੇ ਮੈਂ ਬਹੁਤ ਜ਼ਿਆਦਾ ਖੁਸ਼ ਹੋ ਯਾਨੀ ਬਹੁਤ ਜ਼ਿਆਦਾ ਨਾ ਖੁਸ਼ਹਾਲ ਹੋ ਪਸ਼ਤੋ ਹੀ ਦੱਸੋ ਪਸ਼ਤੋ ਦੇ ਵਿੱਚ ਸਰਦਾਰ ਮੋਟਰ ਤਰਾ ਸਹੀ ਉਹ ਗੱਡੀਅਰ ਖੁਸ਼ਹਾਲ ਹੋਈ ਮਾਸ਼ਾਅੱਲਾ ਇਹ ਨੰਬਰ ਕਾਰ ਕਹੀਏ ਜੈਨੀਨ ਕਾਰ ਕਹੀਏ ਹਿਤ ਦੋ ਨੰਬਰ ਖਬਰ ਨਾ ਕਹੀਏ ਦਲਿੰਗ ਡੇਰ ਕਰਕ ਦਿਮਾਗ ਹੈ ਕਰਕ ਦਿਮਾਗ ਬਾਤ ਕਰ ਰਹਾ ਕਰਕ ਇੱਕ ਨੰਬਰ ਬਾਤ ਕਰ ਰਹਾ ਹੈ ਅਗਰ ਬੋਲੀ ਨੇ ਕਿਸੇ ਨੇ ਵੈਸੇ ਵੈਸੇ ਬਾਤ ਕਿ ਉਨਕੋ ਬੋਲੇ ਕਿ ਬਰਾਏ ਮਿਹਰਬਾਨੀ ਹੈ ਬੋਲੀ ਖਰਾਬ ਨਾ ਕਰੋ ਮੁਝੇ ਇਸ ਚੀਜ਼ ਮੇਂ ਬਹੁਤ ਜ਼ਿਆਦਾ ਖੁਸ਼ੀ ਹੋਇਆ ਲੈਣਾ ਦੇਣਾ ਨਸੀਬ ਕੀ ਬਾਤ ਹੈ ਟੋਕਨ ਹਰ ਚੀਜ਼ ਕੇ ਲਿਏ ਸ਼ੇਅਰ ਜ਼ਬਰਦਸਤ ਹੈ ਸ਼ੋਰੂਮ ਦਾ ਡੋਗਰ ਮੋਟਰਸ ਦਾ ਦਲਿਆ ਰਾਸ ਹੈ ਔਰ 24 ਦੇ 6 ਮਹੀਨੇ ਦਾ ਕਲੀਅਰ ਦੇ ਰਿਹਾ ਨੰਬਰ ਸਮ ਕਿਦਰ ਖਬਰ ਹਰ ਸ਼ੇਅਰ 24 ਦੇ 6 ਮਹੀਨੇ ਦਾ 2000 ਚੜੀ ਟੋਕਨ ਹਰ ਸ਼ੇਅਰ ਮੁਕੰਮਲ ਕਲੀਅਰ ਕਾਗਜ਼ ਕਲੀਅਰ ਮਠਰ ਕਲੀਅਰ ਹਰ ਸ਼ੇਅਰ ਮੁਕੰਮਲ ਕਲੀਅਰ ਔਰ ਮਾਸ਼ਾਅੱਲਾ ਅੱਲਾ ਜੀ ਦੇ ਸੰਦੇ ਦਰੀ ਅੱਲਾ ਜੀ ਤੋਂ ਸਿਹਤ ਤੰਦਰੁਸਤੀ ਵਰਗੀ ਅੱਲਾ ਜੀ ਦੇ ਫਸ਼ਾਲ ਅੰਦਰੀ ਅੱਲਾ ਜੀ ਇਤਫਾਕ ਬਰਾਬਰ ਕੀ ਅੱਲਾ ਜੀ ਸ਼ੋਰਮ ਕੀ ਨੂਰ ਬਰਕਤ ਨਾ ਵਾਸ਼ਾਈ ਹੈ ਅੱਲਾ ਜੀ ਦੀ ਫਸ਼ਾਲ ਅੰਦਰੀ ਅਸਲਾਮ ਅਲੈਕੁਮ ਇਹ ਅਜੇ ਭਰਾ ਕਿੱਥੇ ਲੱਭਦੇ ਨੇ ਜਿਹੜੇ ਦੁਆਵਾਂ ਦੇਣ ਮੈਂ ਤਾਂ ਦੁਆਵਾਂ ਚਾਹੀਦੀਆਂ ਨੇ ਸਿੱਧਾ ਤਾਰਿਖ ਤੇ ਬਿਲਕੁਲ ਇਹ ਨੰਬਰ ਸੜਾ ਦੇ ਇਨਸ਼ਾਅੱਲਾ ਤੇ ਕਿਤ ਕੋ ਖਬਰ ਅੱਲਾ ਸਾਹਿਬ ਦੋ ਕਸਤਾ ਮਰਾਰਸ ਦਾ ਇਨਸ਼ਾਅੱਲਾ ਸਿਆ ਕੋ ਖਬਰ ਇਹ ਮੁਸਰ ਕਰੇ ਦਾ ਬਹੁਤ ਮਿਹਰਬਾਨੀ ਇਨਕਾ ਵੀ ਔਰ ਸਭ ਸੇ ਜ਼ਿਆਦਾ ਸਰਦਾਰ ਸਾਹਿਬ ਅਸੀਂ ਆਪਣਾ ਵਾਅਦਾ ਨਿਭਾਇਆ ਐਵੇਂ ਨਹੀਂ ਨੂਰ ਜਾਣ ਕੇ ਵਾਅਦਾ ਕਰਕੇ ਮੁਕਰੇ ਜਿਹੜਾ ਸੱਜਣ ਨਹੀਂ ਹੋ ਰਹੀ ਹੈ